চোরি চাল চোরি চাল, চোরো চোরো চোরো, লেগে লেগে লেগে। ਨੂ ਨਜ਼ੀਰ ਦੇਖ, ਤੂੰ ਇੰਨਾ ਅਮੀਰ ਹੈ, ਇੰਨਾ ਪੈਸੇ ਵਾਲਾ ਹੈ, ਇੰਨੀਆਂ ਤੇਰੀ ਜ਼ਮੀਨਾਂ ਵੀ ਹਨ, ਕੋਈ ਇੱਕ ਅੱਧੀ ਗੱਡੀ ਲੈ ਆਂਦਾ, ਮੈਂ ਟੋਟ ਕੇ ਥੱਕ ਗਈ ਆ। ਸ਼ਬੋ, ਜੇ ਮੈਂ ਗੱਡੀ ਲੈ ਆਂਦਾ ਤਾਂ ਮੇਰੇ ਘਰਦਿਆਂ ਨੂੰ ਪਤਾ ਲੱਗ ਜਾਵਿਆ ਇਹ ਮੈਂ ਵਿੱਚੋਂ ਸ਼ਾਰਟ ਕਾਟ ਮਾਰਿਆ। ਬਸ ਹਵੇਲੀ ਹੁਣ ਸਾਡੀ ਆਉਣ ਵਾਲੀ ਹੈ। ਅੱਛਾ, ਆ ਚੱਲੀਏ, ਉੱਤੇ ਬੜੀਆਂ ਗੱਡੀਆਂ ਖੜੀਆਂ ਨੇ, ਮੁੜ ਮੈਂ ਤੈਨੂੰ ਗੱਡੀਆਂ 'ਤੇ ਫਿਰੈ ਸਾਂ। ਅੱਛਾ ਚੱਲ। ਤੇਰਾ ਪਿਓ ਅਗਰ ਸ਼ਾਦੀ ਪਰ ਨਾ ਮੰਨਿਆ ਤੇ ਮੇਰੀ ਕੀ ਇੱਜ਼ਤ ਰਹਿ ਜਾਏਗੀ? ਅੱਬਾ ਮਨ ਵੈਸੀ ਪਾਪਾ ਸ਼ਾਦੀ ਕਰੇ ਸੋ। ਜੇ ਅਗਰ ਅੱਬਾ ਨਾ ਮੰਨਿਆ ਤੇ ਫਿਰ ਮੈਂ ਤਾਂ ਕਿਤੇ ਦੀ ਵੀ ਨਹੀਂ ਰਹਿਣਾ, ਨਾ ਮੈਂ ਅੱਗੇ ਦੀ ਨਾ ਮੈਂ ਪਿੱਛੇ ਦੀ। ਤੈਨੂੰ ਮੈਂ ਕਿਹਾ ਸੀ ਕਿ ਆਪ ਉੱਥੇ ਨਿਕਾਹ ਕਰ ਲੈਣੇ ਮੇਰੇ ਘਰ ਹੀ। ਮੈਂ ਨਿਕਾਹ ਸਾਰਿਆਂ ਦੇ ਸਾਹਮਣੇ ਕਰੇ ਸਾਂ। ਅੱਛਾ ਚਲੋ, ਵੇਖਨੇ ਫਿਰ ਹੁਣ ਕੀ ਹੁੰਦਾ। ਤੂੰ ਚੱਲ, ਮੈਂ ਬੈਠਾ ਨਹੀਂ, ਮੈਂ ਤੇਰੇ ਨਾਲ ਸ਼ਾਦੀ ਕਰੇ ਸਾਂ। ਨੂ ਨਜ਼ੀਰ ਦੇਖੀ ਕਿੱਥੇ ਮੈਨੂੰ ਰਵਾ ਨਾ ਦੇਈਂ। ਵਾਲੇਕੁਮ ਸਲਾਮ। ਹਾਂ ਮੁਨਸ਼ੀ, ਮੇਰੇ ਪੁੱਤਰ ਨੂਰ ਨਜ਼ੀਰ ਦਾ ਕੁਝ ਪਤਾ ਲੱਗਿਆ? ਜੋ ਸਾਹਿਬ, ਪੂਰੇ ਪਿੰਡ ਦੇ ਵਿੱਚ ਚੱਕਰ ਲਾ ਲਿਆ, ਉਹਦੇ ਜਿੰਨੇ ਵੀ ਦੋਸਤ ਸੀ ਮੈਂ ਉਹਨਾਂ ਕੋਲੋਂ ਪਤਾ ਕੀਤਾ, ਉਹ ਕਹਿੰਦੇ ਨੇ ਸਾਡੇ ਕੋਲ ਤਾਂ ਨੂਰ ਨਜ਼ੀਰ ਆਇਆ ਹੀ ਕੋਈ ਨਹੀਂ। ਹਾਂਜੀ ਨੂਰੀ ਤੀ, ਮੈਨੂੰ ਆਪਣੇ ਪੁੱਤਰ ਨੂਰ ਨਜ਼ੀਰ ਦੀ ਬੜੀ ਫਿਕਰ ਹੋ ਰਹੀ, ਕਿੱਥੇ ਚਲਾ ਗਿਆ ਤੇਰਾ ਭਰਾ? ਅੱਪਾ ਜੀ, ਮੇਰਾ ਤੇ ਇੱਕੋ ਇੱਕ ਭਰਾ ਹੈ, ਏਦਾਂ ਤੇ ਉਹਨੇ ਕਦੇ ਵੀ ਨਹੀਂ ਕੀਤੀ। ਸੁਬਹ ਸੁਬਹ ਦਾ ਗਿਆ ਹੋਇਆ, 4-5 ਘੰਟੇ ਹੋਏ ਨੇ ਉਹਨੂੰ ਗਏ ਨੂੰ, ਹਾਲੇ ਤੱਕ ਨਹੀਂ ਆਇਆ। ਅੱਬਾ ਜੀ, ਮੇਰੇ ਤੇ ਮੈਨੂੰ ਥਾਣੇ ਰਪਟ ਕਰਵਾਓ, ਮੇਰੇ ਭਰਾ ਦਾ ਕਿਤੋਂ ਪਤਾ ਲਵਾਓ। ਨੀਨੂ ਕੁਨਾਨੀਏ, ਸੁਬਹ ਤੇਰੇ ਕੋਲ ਨਾਸ਼ਤਾ ਮੰਗਿਆ ਭਾਈ ਨੇ? ਚੁਦਰਾਨੀ ਸਾਹਿਬਾ, ਨਾਸ਼ਤਾ ਕਰਤੇ ਸੁਬਹ ਸੁਬਹ ਚਲੇ ਗਏ ਨੇ। ਤੇ ਤੂੰ ਪੁੱਛਣਾ ਸੀ ਕਿੱਥੇ ਜਾ ਰਿਹਾ? ਸਾਡੇ ਨੌਕਰਾਂ ਦੀ ਕੀ ਜ਼ਰੂਰੀ ਤੇ ਸਭ ਪੁੱਛੀਏ? ਸੱਚੋ ਸਾਹਿਬ, ਇਹ ਠੀਕ ਗੱਲ ਕਰ ਦਈਏ, ਇੱਕ ਦਫਾ ਮੈਂ ਵੀ ਪੁੱਛਿਆ ਸੀ, ਉਹਨੇ ਮੇਰੇ ਮੂੰਹ ਤੇ ਚੰਡ ਮਾਰੀ, ਮੈਂ ਤਾਂ ਚੁੱਪ ਕਰ ਗਿਆ। ਇਹਨਾਂ ਦੀ ਮਾਂ ਮੰਨਣ ਦੇ ਬਾਅਦ ਮੇਰੇ ਲਾਡ ਪਿਆਰ ਨੇ ਮੇਰੇ ਪੁੱਤਰ ਨੂੰ ਖਰਾਬ ਕਰ ਦਿੱਤਾ। ਮੈਂ ਕੀ ਕਰਾਂ ਅੱਬਾ ਜੀ, ਮੈਂ ਤੇ ਆਪਣੇ ਭਰਾ ਦਾ ਹਾਲੇ ਵਿਆਹ ਵੀ ਕਰਨਾ ਹੈ, ਮੈਂ ਤੇ ਉਹਨੀਆਂ ਹਾਲੇ ਸਾਰੀਆਂ
ਤੇਰੇ ਦਿਲ 'ਚ ਅਰਮਾਨ ਹੈ ਅਤੇ ਮੇਰੇ ਦਿਲ 'ਚ ਅਰਮਾਨ ਨਹੀਂ, ਮੇਰਾ ਉਹ ਪੁੱਤਰ ਹੈ। ਤੈਨੂੰ ਪਤਾ ਹੈ ਮੈਂ ਆਪਣੇ ਪੁੱਤਰ ਦੀ ਕਿਤੇ ਵੱਡੇ ਖਾਨਦਾਨ 'ਚ ਮੰਗਣੀ ਕੀਤੀ ਹੋਈ ਹੈ। ਨੂਰੀ, ਹੁਣ ਮੈਂ ਕਿਹੜੇ ਪਾਸੇ ਜਾਵਾਂ? ਚੌਧਰੀ ਸਾਹਿਬ, ਉਹ ਨੂਰ ਨਜ਼ੀਰ ਆ ਗਿਆ। ਨੂਰ ਨਜ਼ੀਰ ਕਿੱਥੇ ਗਿਆ ਸੀ? ਇਹ ਕੁੜੀ ਕੌਣ ਹੈ? ਨੂਰ ਨਜ਼ੀਰ ਭਰਾ, ਤੇਰੇ ਕੋਲ ਅੱਬਾ ਪੁੱਛਣ ਦਿਆ, ਕੁੜੀ ਕੌਣ ਹੈ? ਦੱਸ ਕੁੜੀ ਕੌਣ ਹੈ? ਬੋਲ ਨੂਰ ਨਜ਼ੀਰ। ਅੱਬਾ, ਇਹਨੂੰ ਮੈਂ ਪਸੰਦ ਕਰੇ ਨਾ ਤੇ ਮੈਂ ਇਹਦੇ ਨਾਲ ਸ਼ਾਦੀ ਕਰਨਾ ਚਾਹੁੰਦਾ। ਸ਼ਾਦੀ ਕਰਨਾ ਚਾਹੁੰਦਾ? ਕੌਣ ਹੈ ਕੁੜੀ? ਨੂਰ ਨਜ਼ੀਰ, ਮੈਂ ਪੁੱਛ ਰਿਹਾ, ਇਹ ਕੁੜੀ ਕੌਣ ਹੈ? ਇਹ ਭੋਲੇ ਕੁਮਾਰ ਦੀ ਧੀ ਹੈ, ਸ਼ਬੋ। ਕੁਮਾਰਾਂ ਦੀ ਧੀ? ਨੂਰ ਨਜ਼ੀਰ, ਤੈਨੂੰ ਇਹ ਨਹੀਂ ਪਤਾ ਕਿ ਆਪਣੇ ਪਿਓ ਦੀ ਕਿੰਨੀ ਇੱਜ਼ਤ ਹੈ? ਤੂੰ ਇੱਕ ਕੁਮਾਰਾਂ ਦੀ ਧੀ ਨੂੰ ਲੈ ਕੇ ਆਇਆ। ਅਸੀਂ ਕੁਮਾਰ ਆਪਣੇ ਘਰ ਨੌਕਰ ਵੀ ਨਹੀਂ ਰੱਖਦੇ ਨੂਰ ਨਜ਼ੀਰ, ਤੈਨੂੰ ਜ਼ਰਾ ਸ਼ਰਮ ਨਹੀਂ ਆਈ? ਓਏ ਮੂਰਖਾ, ਤੈਨੂੰ ਪਤਾ ਨਹੀਂ ਚੌਧਰੀ ਖੁਸ਼ੀਆ ਮੇਰਾ ਨਾਂ ਹੈ ਤੇ ਪੂਰੇ 5 ਪਿੰਡਾਂ ਦਾ ਮੈਂ ਮਾਲਕ ਹਾਂ ਤੇ ਤੂੰ ਇਹ ਕੀ ਕੰਮ ਕੀਤਾ ਈ? ਭਰਾਵਾ, ਜਿਹੜੇ ਪੈਰਾਂ ਤੈਨੂੰ ਲੈ ਕੇ ਆਏ ਉਹਨੇ ਪੈਰਾਂ ਤੈਨੂੰ ਵਾਪਸ ਕਰਕੇ ਆ। ਇਸ ਘਰ ਨਾਲ ਕਮੀਆਂ ਦਾ ਕੋਈ ਰਿਸ਼ਤਾ ਨਹੀਂ। ਅੱਬਾ ਵੇਖ, ਤੂੰ ਪਸੰਦ ਦੀ ਸ਼ਾਦੀ ਕੀਤੀ ਆਈ, ਮੈਂ ਤੇਰਾ ਪੁੱਤਰ ਹਾਂ, ਮਾਈ ਪਸੰਦ ਦੀ ਸ਼ਾਦੀ ਕਰੇ ਸਾਂ, ਸ਼ਬੋ ਮੇਰੀ ਜ਼ਿੰਦਗੀ ਹੈ, ਮੈਂ ਇਹਦੇ ਨਾਲ ਨਿਕਾਹ ਕਰੇ ਸਾਂ। ਬਕਵਾਸ ਬੰਦ ਕਰ ਨੂਰੀ, ਤੂੰ ਨੂਰ ਨਜ਼ੀਰ ਨੂੰ ਅੰਦਰ ਲੈ ਜਾ ਤੇ ਮੈਂ ਇਸ ਕੁੜੀ ਨਾਲ ਕੋਈ ਗੱਲ ਕਰ ਲਵਾਂ। ਚਲਾ ਭਰਾਵਾ, ਘਰ ਚੱਲੀਏ, ਚਲਾ ਚੱਲ ਵੀ। ਤੂੰ ਕਿੱਥੇ ਚੱਲੀ ਕੁੜੀਏ? ਬਹਿ ਜਾ, ਬਹਿ ਜਾ ਇੱਥੇ ਮੇਰੇ ਕੋਲ। ਲੋਕਾਂ ਨੂੰ ਬਰਾਦਰੀ ਨੂੰ ਕੀ ਮੂੰਹ ਵਿਖਾਵਾਂਗਾ? ਪਤਾ ਨੀ ਕਿੱਥੇ ਚਲੀ ਗਈ ਹੈ ਸ਼ਬੋ, ਮਰਨ ਜੋਗੀ, ਚਾਚੇ ਦੀ ਇੱਜ਼ਤ ਪੈਰਾਂ ਚ ਰੋਲ ਰਹੀ ਆ। ਪਤਾ ਲੱਗਾ? ਕੋਈ ਨੀ ਜੀ, ਪਿੰਡ ਚ ਮੈਂ ਸ਼ਬੋ ਦੀਆਂ ਸਾਰੀਆਂ ਸਹੇਲੀਆਂ ਕੋਲ ਪਤਾ ਕਰ ਰਿਹਾ ਆ, ਕੋਈ ਨੀ ਪਤਾ ਲੱਗਿਆ। ਚਾਚਾ ਤੁਸੀਂ ਇਹਨੂੰ ਕੀ ਭੇਜਿਆ? ਹੁਣ ਤੇ ਪੂਰੇ ਪਿੰਡ ਨੂੰ ਪਤਾ ਚੱਲ ਜਾਏਗਾ ਸ਼ਬੂ ਦਾ। ਦੱਸ ਮੈਂ ਕੀ ਕਰਾਂ ਕੀ ਕਰਾਂ, ਹੱਥ ਹੱਥ ਰੱਖ ਕੇ ਬੈਠਾ ਰਵਾਂ? ਚਾਚਾ ਬੋਲਾ, ਪੁੱਤਰ ਤੂੰ ਏਡਾ ਲੇਟ ਕਿਉਂ ਹੋ ਗਿਆ, ਕਿੱਥੇ ਚਲਾ ਗਿਆ ਸੀ? ਓ ਚਾਚਾ ਬੋਲਾ, ਤੈਨ ਕਹਿ ਦੇ ਸਨੂਰਾ ਬੱਟੀ ਨਹੀਂ, ਵਧਾ ਯਾ ਗੋਸਾ ਦੇ ਪੋਤਰ ਪੱਠੇ ਵਟਵਾਈ ਜਾ, ਫੇਕ ਰੇੜਾ ਵਟਵਾਇਆ ਉਹ ਤੇ ਤੇਰੇ ਤੇ ਛੱਡਿਆ, ਮੁਰਦੂਆ ਰੇੜਾ ਵਟਵਾਇਆ ਤਾਂ ਲੇਟ ਹੋ ਗਏ, ਤੇ ਤੂੰ ਕਿਉਂ ਰੋਂਦਾ ਬੈਠਾ, ਪਰੇਸ਼ਾਨੀ ਕੀ ਹੋਈ? ਪੁੱਤਰ ਆਪਣੀ ਸ਼ਬੋ ਦਾ ਨਹੀਂ ਪਤਾ ਲੱਗ ਰਿਹਾ, 6 ਘੰਟੇ ਹੋ ਗਏ ਘਰ ਨਹੀਂ ਆਈ। ਹਾਂ ਪੁੱਤਰ,
6 ਘੰਟੇ ਹੋ ਗਏ ਘਰ ਨਹੀਂ ਆਈ, ਜਗ੍ਹਾ ਜਗ੍ਹਾ ਤੇ ਪਤਾ ਕੀਤਾ, ਕੋਈ ਪਤਾ ਨਹੀਂ ਲੱਗਦਾ ਪਿਆ ਗਈ ਕਿੱਥੇ ਆ। ਮੇਰੇ ਪੁੱਤਰ ਅਗਰ ਸ਼ਬੋ ਨਾ ਲੱਭੀ ਨਾ, ਮੈਂ ਆਪਣੇ ਆਪ ਨੂੰ ਖਤਮ ਕਰ ਲਾਂਗਾ, ਖਤਮ ਕਰ ਲਾਂਗਾ। ਔਰ ਮੈਂ ਪੈਰਾਂ ਭਰਾਵਾਂ ਨੂੰ ਕੀ ਮੂੰਹ ਦਿਖਾਵਾਂਗਾ। ਟੈਨਸ਼ਨ ਨਾ ਲੈ ਚਾਚਾ ਬੋਲਾ, ਜਿੱਥੇ ਸ਼ਬੋ ਏ ਮੈਨੂੰ ਪਤਾ ਹੈ। ਕਿੱਥੇ ਮੇਰਾ ਪੁੱਤਰ, ਕਿੱਥੇ ਸ਼ਬੋ? ਚਾਚਾ ਬੋਲਾ, ਜਿੱਥੇ ਮੇਰਾ ਮਾਂ ਪਿਓ ਨੌਕਰੀ ਕਰਦੇ ਨਾ ਚੌਧਰੀਆਂ ਦੇ ਘਰ, ਮੈਂ ਉੱਥੇ ਆਪਣੇ ਅੰਮੀ ਅੱਬੂ ਨੂੰ ਮਿਲਣ ਗਈਆਂ ਤੇ ਚੌਧਰੀ ਦਾ ਇੱਕ ਮੁੰਡਾ ਹੈ ਨੂਰ ਨਜ਼ੀਰ, ਉਸ ਮੈਨੂੰ ਸੱਦਿਆ ਆਈ। ਉਸ ਆਖਿਆ ਤੁਹਾਡੇ ਪਿੰਡ 'ਚ ਇੱਕ ਸ਼ਬੋ ਨਾਂ ਦੀ ਛੋਏ ਰਹਿੰਦੀ ਹੈ। ਮੈਂ ਕਿਹਾ ਹਾਂ, ਜਿਹੜੇ ਉਹਨੂੰ ਮੇਰਾ ਸੁਨੇਹਾ ਦੇ। ਅੱਗੋਂ ਮੈਂ ਉਸ ਚੌਧਰੀ ਨੂੰ ਆਖਿਆ, ਚੌਧਰੀ ਅਸੀਂ ਗਰੀਬ ਜ਼ਰੂਰ ਹੈ ਪਰ ਦੱਲੇ ਨਹੀਂ, ਮੈਂ ਸੁਨੇਹਾ ਨਾ ਸ਼ਬੋ ਨੂੰ ਦੱਸਿਆ ਅਤੇ ਨਾ ਮੈਂ ਗੱਲ ਤੁਹਾਨੂੰ ਕੀਤੀ। ਚਾਚਾ ਬੋਲਾ, ਔਰ ਮੈਨੂੰ ਯਕੀਨ ਹੈ ਚੌਧਰੀ ਨੂਰ ਨਜ਼ੀਰ ਸ਼ਬੋ ਨੂੰ ਕੱਢ ਕੇ ਆਪਣੀ ਹਵੇਲੀ 'ਤੇ ਲੈ ਕੇ ਗਈ ਹੋਣਾ। ਚੱਲ ਫਿਰ ਮੇਰਾ ਪੁੱਤਰ, ਚੱਲ ਜਾ ਕੇ ਸ਼ਬੋ ਨੂੰ ਲੈ ਕੇ ਜਾਈਏ, ਸ਼ਾਮ ਹੋਣ ਤੋਂ ਪਹਿਲੇ ਪਹਿਲੇ ਉਹਨੂੰ ਘਰ ਲੈ ਆਈਏ। ਉਹ ਕਿਵੇਂ ਜਾਵੇ, ਉਹਦਾ ਮਾਂ ਪਿਓ ਉੱਥੇ ਨੌਕਰੀ ਕਰਦਾ ਪਿਆ, ਉਹਨੂੰ ਕੱਢ ਦੱਸਣੇ ਦੇ ਮਾਂ ਪਿਓ ਨੂੰ ਨੌਕਰੀ ਤੋਂ। ਕੱਢ ਦੇਵੇਨ? ਚਾਚਾ ਬੋਲਾ, ਮੈਂ ਹੱਕ ਸੱਚ ਦੀ ਗੱਲ ਕਰਾਂਗਾ, ਸ਼ਬੋ ਮੇਰੀ ਬਹਿਣ ਲੱਗਦੀ ਹੈ, ਚਾਹੇ ਮੇਰੇ ਮਾਂ ਪਿਓ ਉੱਥੇ ਨੌਕਰੀ ਕਰਨ ਤੇ ਭਾਵੇਂ ਨਾ ਕਰਨ। ਜਿਸ ਤਰ੍ਹਾਂ ਮੇਰੀ ਸ਼ਨੋ ਬਹਿਣ ਹੈ ਉਸੇ ਤਰ੍ਹਾਂ ਮੇਰੀ ਭੈਣ ਸ਼ਬੋ ਵੀ ਹੈ, ਜਿੱਥੇ ਨਮਕ ਖਾਧਾ ਉੱਥੇ ਨਮਕ ਹਲਾਲ ਹੀ ਕੀਤੀ। ਚੱਲ ਚਾਚਾ ਆਓ। ਚੱਲ ਮੇਰੇ ਪੁੱਤਰ, ਚੱਲ। ਗੱਲ ਸੁਣਨੀ ਕੁੜੀਏ, ਚੁੱਪ ਕਰਕੇ ਤੂੰ ਦਫਾ ਹੋ ਜਾ। ਮੈਂ ਚੌਧਰੀ ਖੁਸ਼ੀਆ, ਤੇਰਾ ਇੱਥੇ ਰਿਸ਼ਤਾ ਨਹੀਂ ਹੋ ਸਕਦਾ, ਤੁਸੀਂ ਕਮੀ ਕਮੀ ਲੋਕ ਹੋ, ਚੁੱਪ ਕਰਕੇ ਚਲੀ ਜਾ, ਨਹੀਂ ਤਾਂ ਮੈਂ ਤੈਨੂੰ ਮਾਰ ਕੇ ਖੂਹ 'ਚ ਸੱਟ ਦਿਆਂਗਾ, ਤੇਰੀ ਲਾਸ਼ ਦਾ ਪਤਾ ਵੀ ਨਹੀਂ ਚੱਲਣਾ। ਤੁਸੀਂ ਕਮੀ ਲੋਕ ਕਿਵੇਂ ਸੋਚ ਲੈਂਦੇ ਹੋ ਕਿ ਤੁਹਾਡੀ ਚੌਧਰੀਆਂ ਨਾਲ ਰਿਸ਼ਤੇਦਾਰੀ ਹੋ ਜਾਏਗੀ? ਕਿਉਂ ਵੇਖਦੇ ਹੋ ਤੁਸੀਂ ਇਹੋ ਜਿਹੇ ਖਾਬ? ਸਾਡੀ ਚੌਧਰੀਆਂ ਦੀ ਜਾਇਦਾਦ ਤੇ ਕਬਜ਼ਾ ਕਰਨਾ ਚਾਹੁੰਦੇ ਹੋ? ਉੱਠ ਉੱਠ, ਦਫਾ ਹੋ ਜਾ ਇੱਥੋਂ। ਅੱਛਾ ਤੇ ਤੂੰ ਇਸ ਕਮੀ ਦੀ ਧੀ ਹੈ, ਓਏ ਕਮੀਆਂ ਲੈ ਜਾ ਆਪਣੀ ਧੀ ਨੂੰ। ਠੀਕ ਹੈ ਚੌਧਰੀ, ਬਿਲਕੁਲ ਠੀਕ ਹੈ, ਅਸੀਂ ਹੈ ਹੀ ਇਸੇ ਲਾਇਕ, ਕਸੂਰ ਤੇਰਾ ਨਹੀਂ, ਤੇਰੇ ਪੈਸੇ ਦਾ, ਤੇਰੀ ਜ਼ਮੀਨ ਜਾਇਦਾਦ ਦਾ ਕਸੂਰ ਹੈ। ਹੋਰ ਜ਼ਮੀਨ ਜਾਇਦਾਦ ਤੁਹਾਨੂੰ ਦੇ ਰਹੀ ਹੈ ਕਮੀਓ? ਦਫਾ ਹੋ ਜਾ ਇੱਥੋਂ, ਕੀ ਵੇਖ ਰਹੇ ਹੋ? ਨੂਰ ਨਜ਼ੀਰ ਤੂੰ ਬੋਲਦਾ ਕਿਉਂ ਨਹੀਂ? ਇਹ ਹੁਣ ਨਹੀਂ ਬੋਲੇਗਾ। ਨੂਰ ਨਜ਼ੀਰ ਤੂੰ ਚੰਗਾ ਨਹੀਂ ਕੀਤਾ ਮੇਰੇ ਨਾਲ। ਹੁਣ ਵੇਖ ਲੈ ਮੇਰੀ ਧੀ, ਇਹ ਬੜੇ ਲੋਕ, ਇਹ ਪੈਸੇ ਵਾਲੇ ਲੋਕ, ਜਿਹਨਾਂ ਦੇ ਪਿੱਛੇ ਤੁਹਾਡੇ ਵਰਗੀਆਂ ਧੀਆਂ ਆਪਣੇ ਮਾਂ ਪਿਓ ਦੀ ਪੱਗ ਮਿੱਟੀ ਚੋ ਕੇ ਨਿਕਲ ਆਉਂਦੀਆਂ ਨੇ ਤੇ ਇਹ ਕਬੂਲ ਕਰਦੇ ਨੇ, ਇਹ ਹੱਥਾਂ ਦੀ ਭੈਣ ਸਮਝ ਕੇ ਛੱਡ ਦਿੰਦੇ ਨੇ। ਹੁਣ ਚੰਗੀ ਰਹਿ ਗਈ ਹੈ, ਨਾ ਤੂੰ ਪਿੱਛੇ ਦੀ ਰਹੀ ਹੈ ਨਾ ਇੱਥੇ ਦੀ ਰਹੀ ਹੈ। ਤੁਸੀਂ ਇਹੋ ਜਿਹੇ ਕਦਮ ਚੱਕਦੇ ਹੋ ਜਾਂ ਸੋਚਦੀਆਂ ਕਿਉਂ ਨਹੀਂ, ਸੋਚਦੀਆਂ ਕਿਉਂ ਨਹੀਂ ਕਿ ਤੁਹਾਡੇ ਨਾਲ ਪੂਰਾ ਖਾਨਦਾਨ ਬਰਬਾਦ ਹੋ ਜਾਂਦਾ ਹੈ?